ਸਮਾਂ ਆ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਲੱਗਾ ਹੁੰਦਾ ਨਾ, ਕਿਉਂ ਲਾਇਆ ਜਾਂਦਾ? ਮੱਥਾ ਟੇਕਣ ਵਾਸਤੇ। ਮੋਦੀਆਂ ਨੂੰ ਇਹੀ ਲੱਗਦਾ ਵੀ ਗੁਰਦੁਆਰੇ 'ਚ ਨਿਸ਼ਾਨ ਸਾਹਿਬ ਲੱਗਾ, ਇਹ ਮੱਥਾ ਟੇਕਣ ਵਾਸਤੇ ਲਾਇਆ ਗਿਆ, ਟੇਕੀ ਜਾਓ ਤਗੜੇ ਹੋ ਕੇ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ, ਇਹ ਮੱਥੇ ਟੇਕਣ ਵਾਸਤੇ ਥੋੜੀ ਨਾ ਲਾਇਆ ਗਿਆ। ਉਹ ਗੱਲ ਵੱਖਰੀ ਹੈ ਵੀ ਅਸੀਂ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਨੇ, ਪਰ ਨਿਸ਼ਾਨ ਸਾਹਿਬ ਗੁਰਦੁਆਰਿਆਂ ਦੇ ਵਿੱਚ ਮੱਥੇ ਟੇਕਣ ਵਾਸਤੇ ਨਹੀਂ ਲਾਏ ਜਾਂਦੇ। ਸਿੱਖ ਦਾ ਸਿਰ ਝੁਕਦਾ ਹੈ ਤੇ ਕੇਵਲ ਬਾਣੀ ਅੱਗੇ ਤੇ ਰੱਬ ਅੱਗੇ ਝੁਕਦਾ, ਹੋਰ ਕਿਤੇ ਨਹੀਂ ਜੇ ਝੁਕਦਾ। ਨਿਸ਼ਾਨ ਸਾਹਿਬ ਜਿਸ ਕਰਕੇ ਲਾਇਆ ਗਿਆ ਸੀ ਉਹ ਗੱਲ ਨੂੰ ਤੇ ਅਜੇ ਤੱਕ ਅਸੀਂ ਸਮਝ ਨਹੀਂ ਸਕੇ ਨਿਸ਼ਾਨ ਸਾਹਿਬ ਦਾ ਮਤਲਬ ਕੀ ਸੀਗਾ। ਤੁਸੀਂ ਵੇਖੋ ਹਰ ਇੱਕ ਕੰਟਰੀ ਦਾ ਆਪੋ ਆਪਣਾ ਝੰਡਾ ਹੁੰਦਾ ਜੇ। ਅਮਰੀਕਾ ਵਾਲਿਆਂ ਦਾ ਆਪਣਾ ਝੰਡਾ, ਕੈਨੇਡਾ ਵਾਲਿਆਂ ਦਾ ਆਪਣਾ, ਇੰਡੀਆ ਵਾਲਿਆਂ ਦਾ ਆਪਣਾ, ਫਰਾਂਸ ਵਾਲਿਆਂ ਦਾ ਆਪਣਾ, ਹਰ ਇੱਕ ਕੰਟਰੀ ਦਾ ਆਪੋ ਆਪਣਾ ਝੰਡਾ ਹੈ। ਤੇ ਤੁਸੀਂ ਵੇਖੋ ਜਿਹੜੀਆਂ ਵੀ ਉਹਨਾਂ ਦੀਆਂ ਸਰਕਾਰੀ ਥਾਵਾਂ ਹੁੰਦੀਆਂ ਨੇ ਨਾ ਹਰ ਇੱਕ ਕੰਟਰੀ ਦੀਆਂ, ਉੱਥੇ ਕੇਵਲ ਤੇ ਕੇਵਲ ਉਸ ਕੰਟਰੀ ਦਾ ਝੰਡਾ ਝੂਲਦਾ, ਕਿਸੇ ਦੂਜੀ ਕੰਟਰੀ ਦਾ ਝੰਡਾ ਨਹੀਂ ਝੂਲ ਸਕਦਾ। ਹਾਂ ਕਿਤੇ ਕ੍ਰਿਕਟ ਦਾ ਮੈਚ ਹੋਵੇ ਤੇ ਗੱਲ ਵੱਖਰੀ ਹੈ ਵੀ ਦੋ ਦੇਸ਼ਾਂ ਦਾ ਮੈਚ ਹੋ ਰਿਹਾ ਤੇ ਦੋਵਾਂ ਦੇ ਝੰਡੇ ਲਾਤੇ ਗਏ, ਉਹ ਗੱਲ ਇੱਕ ਵੱਖਰੀ ਹੈ। ਪਰ ਮੈਂ ਸਰਕਾਰੀ ਥਾਵਾਂ ਦੀ ਗੱਲ ਕਰ ਰਿਹਾ, ਜਿਹੜੀਆਂ ਉਹਨਾਂ ਕੰਟਰੀਆਂ ਦੀਆਂ ਸਰਕਾਰੀ ਥਾਵਾਂ ਹੁੰਦੀਆਂ ਨੇ। ਉੱਥੇ ਜੇ ਅਮਰੀਕਾ ਦੇ ਵਿੱਚ ਉਹਨਾਂ ਦੀ ਸਰਕਾਰੀ ਜਗ੍ਹਾ ਤੇ ਕੇਵਲ ਅਮਰੀਕਾ ਦਾ ਝੰਡਾ ਝੂਲੇਗਾ ਉੱਥੇ, ਤੇ ਜੇ ਇੰਡੀਆ ਦੀ ਸਰਕਾਰੀ ਜਗ੍ਹਾ ਤੇ ਤਿਰੰਗਾ ਹੀ ਝੂਲੇਗਾ ਉੱਥੇ, ਕਿਸੇ ਹੋਰ ਕੰਟਰੀ ਦਾ ਝੰਡਾ ਤੁਸੀਂ ਝੁਲਾ ਨਹੀਂ ਸਕਦੇ ਉੱਥੇ। ਤੇ ਜਦੋਂ ਤੁਸੀਂ ਅਰਦਾਸ 'ਚ ਪੜ੍ਹਦੇ ਹੋ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਆਹ ਗੱਲਾਂ ਜਿਹੜੀਆਂ ਅਰਦਾਸ 'ਚ ਪੜ੍ਹਦੇ ਹੋ ਨਾ, ਨਿਸ਼ਾਨ ਸਾਹਿਬ ਵੀ ਤੇ ਇੱਕ ਝੰਡਾ ਹੀ ਹੈ ਨਾ। ਬੇਸ਼ੱਕ ਇਹਨੂੰ ਅਸੀਂ ਨਿਸ਼ਾਨ ਸਾਹਿਬ ਦਾ ਨਾਮ ਦੇ ਦਿੱਤਾ ਹੈਗਾ, ਤੇ ਇਹ ਵੀ ਝੰਡਾ ਹੀ ਹੈ, ਹੈਗਾ ਤੇ ਇਹ ਵੀ ਫਲੈਗ ਹੀ ਹੈ। ਉੱਥੇ ਜਦੋਂ ਉਹਨਾਂ ਦੀ ਸਰਕਾਰੀ ਜਗ੍ਹਾ ਦੇ ਉੱਤੇ ਉਹਨਾਂ ਦੀ ਕੰਟਰੀ ਦਾ ਝੰਡਾ ਝੂਲਦਾ ਹੈ ਤੇ ਉਹਦਾ ਮਤਲਬ ਪਤਾ ਕੀ ਹੁੰਦਾ? ਕਿ ਇਸ ਜਗ੍ਹਾ ਦੇ ਉੱਤੇ ਅਮਰੀਕਨ ਸਰਕਾਰ ਦਾ ਰਾਜ ਚੱਲਦਾ। ਜੇ ਅਮਰੀਕਾ ਦਾ ਝੰਡਾ ਝੂਲ ਰਿਹਾ ਤੇ ਅਮਰੀਕਨ ਸਰਕਾਰ ਦਾ ਰਾਜ ਚੱਲਦਾ, ਜਿੱਥੇ ਤਿਰੰਗਾ ਝੂਲ ਰਿਹਾ ਤੇ ਉਹਦਾ ਮਤਲਬ ਹੈ ਇੱਥੇ ਭਾਰਤ ਸਰਕਾਰ ਦਾ ਰਾਜ ਚੱਲਦਾ। ਤੇ ਜੇ ਕੈਨੇਡਾ ਦੇ ਵਿੱਚ ਉਹਨਾਂ ਦੀ ਸਰਕਾਰੀ ਜਗ੍ਹਾ ਦੇ ਉੱਤੇ ਉਹਨਾਂ ਦਾ ਕੈਨੇਡਾ ਵਾਲਾ ਝੰਡਾ ਝੂਲਦਾ ਪਿਆ ਤੇ ਉੱਥੇ ਕੈਨੇਡੀਅਨ ਸਰਕਾਰ ਦਾ ਰਾਜ ਚੱਲਦਾ ਪਿਆ, ਗੁਰਦੁਆਰੇ ਜਿਹੜਾ ਨਿਸ਼ਾਨ ਸਾਹਿਬ ਲੱਗਾ ਸੀ, ਜਿਹੜਾ ਇਹ ਝੰਡਾ ਲੱਗਾ ਸੀ ਨਾ, ਇਹਦਾ ਮਤਲਬ ਇਹ ਸੀ ਕਿ ਇੱਥੇ ਗੁਰੂ ਦਾ ਰਾਜ ਚੱਲਦਾ, ਇੱਥੇ ਗੁਰੂ ਦਾ ਰਾਜ ਚੱਲਦਾ। ਪਰ ਮਾਫ ਕਰਿਓ, ਅੱਜ ਕਹਿਣ ਨੂੰ ਹੀ ਹੈ ਵੀ ਗੁਰੂ ਦਾ ਰਾਜ ਚੱਲਦਾ, ਪਰ ਗੁਰੂ ਦਾ ਰਾਜ ਚੱਲਦਾ ਨਹੀਂ, ਇੱਥੇ ਪ੍ਰਧਾਨ ਦਾ ਰਾਜ ਚੱਲਦਾ, ਇੱਥੇ ਸਕੱਤਰ ਦਾ ਰਾਜ ਚੱਲਦਾ, ਇੱਥੇ ਸੰਗਤ ਦਾ ਰਾਜ ਚੱਲਦਾ ਹੈ। ਸੱਚਾਈ ਹੈ ਨਾ, ਮੈਂ ਕੇਵਲ ਇਸ ਗੁਰਦੁਆਰੇ ਦੀ ਗੱਲ ਨਹੀਂ ਕਰ ਰਿਹਾ, ਆਲ ਓਵਰ ਸਾਰੀ ਜਗ੍ਹਾ ਦੀ ਗੱਲ ਕਰ ਰਿਹਾ ਮੈਂ। ਮਤਾ ਕਿਤੇ ਸੋਚਿਓ ਮੈਂ ਕਿਤੇ ਇੱਕ ਦੀ ਲਾ ਕੇ ਗੱਲ ਕਰ ਰਿਹਾ। ਇੱਕ ਵਿਦਵਾਨ ਨੇ ਬੜੀ ਵਧੀਆ ਗੱਲ ਲਿਖੀ, ਉਹ ਕਹਿੰਦਾ ਮੇਰਾ ਜੀ ਕੀਤਾ ਮੈਂ ਸਤਿਗੁਰੂ ਨੂੰ ਮਿਲ ਕੇ ਆਵਾਂ, ਉਹ ਕਹਿੰਦਾ ਮੇਰਾ ਜੀ ਕੀਤਾ। ਉਹਨੇ ਬੜੀ ਸੋਹਣੀ ਗੱਲ ਆਪਣੇ ਢੰਗ ਨਾਲ ਪੇਸ਼ ਕੀਤੀ ਹੈ, ਮੈਂ ਆਖਰੀ ਗੱਲ ਕਹਿ ਕੇ ਖਿਮਾ ਲੈ ਰਿਹਾ ਤੁਹਾਡੇ ਕੋਲ। ਕਹਿੰਦਾ ਮੇਰਾ ਜੀ ਕੀਤਾ ਮੈਂ ਸਤਿਗੁਰੂ ਨੂੰ ਮਿਲ ਕੇ ਆਵਾਂ, ਕਹਿੰਦਾ ਮੈਂ ਨਾ ਗੁਰਦੁਆਰੇ ਚਲਿਆ ਗਿਆ। ਜਦੋਂ ਮੈਂ ਗੁਰਦੁਆਰੇ ਗਿਆ, ਕਹਿੰਦਾ ਮੈਨੂੰ ਉੱਥੇ ਗ੍ਰੰਥੀ ਮਿਲਿਆ, ਮੈਨੂੰ ਉੱਥੇ ਪ੍ਰਚਾਰਕ ਮਿਲਿਆ, ਮੈਨੂੰ ਉੱਥੇ ਰਾਗੀ ਮਿਲਿਆ, ਮੈਨੂੰ ਉੱਥੇ ਸੇਵਾਦਾਰ ਮਿਲ ਗਏ, ਮੈਨੂੰ ਉੱਥੇ ਪ੍ਰਧਾਨ ਮਿਲ ਗਿਆ, ਸਕੱਤਰ ਮਿਲ ਗਿਆ, ਸਾਰੇ ਸਾਰੇ ਕਮੇਟੀ ਮੈਂਬਰ ਵੀ ਮਿਲ ਗਏ, ਸੰਗਤ ਵੀ ਮਿਲ ਗਈ, ਸਾਰੇ ਮਿਲ ਗਏ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਸੀਗਾ ਉੱਥੇ, ਸੋਹਣੇ ਸੋਹਣੇ ਰੁਮਾਲੇ ਵੀ ਦਿੱਤੇ ਹੋਏ ਸੀ, ਚੰਦੋਆ ਵੀ ਲਾਇਆ ਹੋਇਆ ਸੀ, ਚੌਰ ਵੀ ਹੈਗਾ ਸੀਗਾ, ਬੜੀ ਆਲੀ ਸ਼ਾਨ ਬਿਲਡਿੰਗ ਬਣਾਈ ਹੋਈ ਸੀ, ਹਰ ਤਰ੍ਹਾਂ ਦਾ ਪ੍ਰਬੰਧ ਸੀਗਾ ਉੱਥੇ। ਕਹਿੰਦਾ ਮੈਨੂੰ ਸਭ ਕੁਝ ਮਿਲ ਗਿਆ, ਪਰ ਉੱਥੇ ਮੈਨੂੰ ਸਤਿਗੁਰ ਨਹੀਂ ਮਿਲਿਆ। ਉਹਨੂੰ ਪੁੱਛਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈਗਾ ਤੇ ਸੀਗਾ, ਉਹੀ ਤੇ ਨੇ ਸਤਿਗੁਰ, ਬਾਣੀ ਗੁਰੂ, ਗੁਰੂ ਹੈ ਬਾਣੀ। ਕਹਿੰਦਾ ਸਰੂਪ ਤੇ ਹੈਗਾ ਸੀ, ਪਰ ਉਸ ਸਤਿਗੁਰ ਦੀ ਵਿਚਾਰਧਾਰਾ ਗੁਰਦੁਆਰੇ ਵਿੱਚ ਲਾਗੂ ਨਹੀਂ ਸੀ, ਇਸ ਕਰਕੇ ਮੈਂ ਕਿਹਾ ਮੈਨੂੰ ਸਤਿਗੁਰ ਨਹੀਂ ਮਿਲਿਆ ਉੱਥੇ। ਉੱਥੇ ਸਾਰੇ ਘਣਮ ਚੌਧਰੀ ਬਣੇ ਸੀ, ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ, ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ, ਕੋਈ ਕਹਿੰਦਾ ਸੀ ਮੇਰੀ ਮਰਿਆਦਾ ਚੱਲੇ। ਆਮ ਗੁਰਦੁਆਰਿਆਂ 'ਚ ਇਹੀ ਚੀਜ਼ ਵਾਪਰ ਰਹੀ ਹੈ। ਮੈਂ ਤਾਂ ਕਹਿੰਦਾ ਤੁਸੀਂ ਧੰਤਾ ਦੇ ਯੋਗ ਹੋ, ਇਹਨਾਂ ਵੀਰਾਂ ਨੇ ਉਪਰਾਲਾ ਕੀਤਾ, ਕਿਤੇ ਸੱਚ ਦੀ ਗੱਲ ਹੋ ਰਹੀ ਹੈ, ਨਹੀਂ ਤੇ ਇਹਨਾਂ ਸਟੇਜਾਂ ਦੇ ਉੱਤੇ ਉਹ ਬੰਦੇ ਬੁਲਾਏ ਜਾਂਦੇ ਨੇ ਜਿਹੜੇ ਝੂਠ ਬੋਲ ਬੋਲ ਕੇ ਨਕਲੀ ਕਹਾਣੀਆਂ ਸੁਣਾ ਸੁਣਾ ਕੇ ਘਰਾਂ ਨੂੰ ਤੁਰ ਜਾਂਦੇ ਨੇ। ਘੱਟੋ ਘੱਟ ਤੇ ਸੱਚ ਮਿਲਦਾ ਤੇ ਪਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੋ ਤੇ ਰਹੀ ਹੈ ਨਾ, ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ, ਸੱਚ ਕੀ ਬੇੜਾ, ਗੱਲ ਚੰਗੀ ਹੈ। ਇਸੇ ਕਰਕੇ ਮੈਂ ਕਿਹਾ ਸੀ ਸਾਥ ਦਿਓ ਸੱਚ ਬੋਲਣ ਵਾਲਿਆਂ ਦਾ, ਨਹੀਂ ਤੇ ਉਹੀ ਹਾਲ ਹੋਏਗਾ ਜੋ ਉਹਦਾ ਹੋਇਆ, ਵੀ ਸਤਿਗੁਰ ਮਿਲਿਆ ਹੀ ਨਹੀਂ, ਬਾਕੀ ਸਭ ਕੁਝ ਮਿਲ ਗਿਆ। ਆਮ ਜਗਾਵਾਂ ਦੇ ਉੱਤੇ ਅਜੇ ਹੀ ਸਭ ਕੁਝ ਚੱਲਦਾ ਪਿਆ ਜੇ, ਤੇ ਆਹ ਸਾਡੇ ਦਿਹਾੜੇ ਮਨਾਏ ਹੋਏ ਤਾਂ ਹੀ ਸਫਲੇ ਨੇ ਜੇ ਆਪਣੇ ਘਰਾਂ ਦੇ ਵਿੱਚ ਵੀ ਖਾਲਸਾ ਰਾਜ ਨੂੰ ਆਪਾਂ ਕਾਇਮ ਕਰ ਲਈਏ। ਮੈਂ ਬਹੁਤੀ ਵੱਡੀ ਗੱਲ ਨਹੀਂ ਕਰਦਾ, ਆਪਣੇ ਘਰਾਂ 'ਚ ਹੀ ਕਾਇਮ ਕਰੋ, ਆਪਣੇ ਬੱਚਿਆਂ ਨੂੰ ਫਤਿਹ ਬੁਲਾਣੀ ਸਿਖਾਓ, ਆਪਣੇ ਬੱਚਿਆਂ ਨੂੰ ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਤੇ ਫਿਰ ਉਹਨਾਂ ਨੂੰ ਦੱਸੋ ਗੁਰਬਾਣੀ ਦੇ ਅਰਥ ਕੀ ਨੇ। ਕੱਲੀਆਂ ਇੱਥੇ ਮਾਤਾ ਗੁਜਰ ਕੌਰ ਦੀਆਂ ਸਾਖੀਆਂ ਸੁਣਾਉਣ ਦੇ ਨਾਲ ਕੁਝ ਨਹੀਂ ਹੋਣਾ, ਦਾਦੀਆਂ ਨੂੰ ਚਾਹੀਦਾ ਹੈ ਕਿ ਆਪ ਮਾਤਾ ਗੁਜਰ ਕੌਰ ਬਣ ਜਾਣ ਹੁਣ, ਤੇ ਫਿਰ
ਸਾਹਿਬਜ਼ਾਦਿਆਂ ਵਰਗੇ ਗੁਣ ਜਿਹੜੇ ਨੇ ਨਾ ਉਹ ਸਾਡੇ ਬੱਚਿਆਂ 'ਚ ਆ ਸਕਦੇ ਨੇ। ਇਹ ਜਦੋਂ ਅਸੀਂ ਉੱਦਮ ਉਪਰਾਲੇ ਆਪਣੀ ਜ਼ਿੰਦਗੀ 'ਚ ਕਰਨੇ ਸ਼ੁਰੂ ਕਰਾਂਗੇ, ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰਾਂਗੇ, ਸਹਿਜ ਪਾਠ ਆਪਣਾ ਆਰੰਭ ਕਰਾਂਗੇ, ਸਾਡੀ ਜ਼ਿੰਦਗੀ ਦੇ ਅੰਦਰ ਤਬਦੀਲੀ ਆਏ।